संगम थिएटर के पीछे चली गोली, टूर एंड ट्रैवल का धंधा करने वालों की आपसी रंजिश में हुई घटना, मौके पर पहुंची पुलिस कर रही है मामले की जांच। बस स्टैंड संगम सिनेमा के पीछे बनी मार्केट में आज उस समय हंगामा हो गया जब टूर एंड ट्रैवल का धंधा करने वाले दोनों व्यापारियों का आपसी रंजिश को लेकर झगड़ा हुआ, जिसमें एक गुट द्वारा कई राउंड फायर किए गए। हालांकि इसमें कोई जानी नुकसान नहीं हुआ, लेकिन गोली चलने से उस क्षेत्र में दहशत फैल गई। एक गुट ने आरोप लगाया कि उससे काउंटर लगाने के लिए पैसे की मांग की जा रही थी, जब उसने पैसे देने से मना किया तो दूसरे गुट द्वारा गोली चलाई गई। जबकि मौके पर पहुंचे पुलिस अधिकारी ने कहा कि दोनों गुटों का आपसी झगड़ा होने के कारण गोली चली है, पैसे की मांग वाली बात अभी सामने नहीं आई, मामले की जांच चल रही है, जांच के बाद ही पूरा खुलासा हो पाएगा। ਜੇ ਕਾਊਂਟਰ ਲਾਣਾ ਤੇ ਇੱਥੇ ਮਹੀਨਾ ਦੇ ਇੱਥੇ ਲੇਗਾ ਨਾ ਤੁਹਾਨੂੰ ਕਿਤੇ ਨਹੀਂ ਲੱਗਣਾ ਕਿ ਮੁੰਡੇ ਬਲ ਆਰਾਮ ਹੀ ਸੋਢੀ ਹੀ ਤੇ ਹਰਿਆਣੇ ਵੀ ਮੁੰਡਾ ਤੇ ਚਾਂਦ ਤੇ ਇੱਕ ਪੱਪੂ ਮੁੰਡਾ ਪੱਪੂ ਆ ਇਹਨਾਂ ਦਾ ਪਿਓ ਚਾਂਦ ਦਾ ਇਹਦੇ ਨਾਲ ਇਹਨਾਂ ਦੇ ਮੁੰਡੇ ਹੀ ਬਾਕੀ 10-15 ਜਣੇ ਨਾਲ ਇਹਨਾਂ ਨੇ ਆਂਦਿਆਂ ਕੁਛ ਨਹੀਂ ਵੇਖਿਆ ਨਾਲ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਸਿੱਧੀਆਂ ਨਹੀਂ ਕੋਈ ਪੁਰਾਣੀ ਰੰਜੀ ਸੀ ਜਾਂ ਕੀ ਗੱਲ ਸੀ ਕੋਈ ਕੁਝ ਨਹੀਂ ਨਹੀਂ ਕਾਰੀ ਗੱਲੋਂ ਲੜਾਈ ਹੋਈ ਕਾਰੀ ਗੱਲੋਂ ਮੀਨਾ ਮੰਗਦੇ ਸੀ ਮੈਂ ਮਨਾ ਕਰਤਾ ਪਿਆ ਮੈਂ ਨਹੀਂ ਦੇਣੇ ਪੈਸੇ ਕਾਰਾ ਮਹੀਨਾ ਮੰਗਦੇ ਸੀ ਉਹ ਕਾਊਂਟਰ ਲਾਣਾ ਤੇ ਪੈਸੇ ਦੇਣਗਾ ਤੇ ਕਾਊਂਟਰ ਲੱਗਣ ਦਾਂਗੇ ਨਹੀਂ ਨਹੀਂ ਲੱਗਣਾ ਕਾਹਦਾ ਕੰਮ ਕਰਦੇ ਤੁਸੀਂ ਟਰੈਵਲ ਦਾ ਹੀ ਇੱਥੇ ਕਾਊਂਟਰ ਲਾਉਂਦੇ ਜੀ ਤੁਸੀਂ ਹਾਂਜੀ ਕਾਰਾ ਕਾਊਂਟਰ ਲਾਉਂਦੇ ਸੀ ਬੱਸਾਂ ਦਾ ਬੋਲਵੋ ਬੱਸਾਂ ਦੇ ਮਿੱਤਰ ਚੰਡੀਗੜ੍ਹ ਬੱਸਾਂ ਅੱਛਾ ਕੀ ਨਾਂ ਨੇ ਕਿੰਨੇ ਬੰਦੇ ਆਏ ਸੀ ਜੀ ਉਹ 8-10 ਜਣੇ ਤੇ ਕਿੰਨੀਆਂ ਕਿੰਨੇ ਫਾਇਰ ਹੋਏ ਅੱਛਾ ਘੱਟੋ ਘੱਟ 12-13 ਫਾਇਰ ਹੋਏ ਕੋਈ ਸੀਸੀਟੀਵੀ ਆਈ ਹੋਵੇ ਸਾਹਮਣੇ ਕੋਈ ਸੀਸੀਟੀਵੀ ਆਈ ਹੋਵੇ ਸੀਸੀਟੀਵੀ ਕੈਮਰੇ ਲੱਗੇ ਪੁੱਛ ਲਿਆ ਹੁਣ ਕੀ ਮੰਗ ਕਰਦੇ ਸੀ ਸਾਫ ਚਾਹੀਦਾ ਹੋਰ ਮੰਗ ਕਿੰਨੇ ਵਜੇ ਦੀ ਗੱਲ ਹੈਗੀ ਆ झगड़ा ਚਾਂਦ ਨਾਮ ਦਾ ਲੜਕਾ ਹੈ ਜੀ ਚਾਂਦ ਨਾਮ ਦਾ ਲੜਕਾ ਜਿਹਨੇ ਤੇ ਨਾ ਦੂਜੇ ਪਾਸੇ ਕਮਲਦੀਪ ਹੋਣੀ ਹੈ ਇਹਨਾਂ ਦਾ ਵੀ ਟੂਰ ਟਰੈਵਲ ਦਾ ਕੰਮ ਆ ਠੀਕ ਹੈ ਜੀ ਤੇ ਸਰ ਸੀਸੀਟੀਵੀ ਕੋਈ ਆਈ ਜੀ ਸਾਹਮਣੇ ਸੀਸੀਟੀਵੀ ਅਜੇ ਅਸੀਂ ਦੇਖ ਰਹੇ ਹਾਂ ਅਜੇ ਸਾਡੇ ਸਾਹਮਣੇ ਕੋਈ ਆਈ ਨਹੀਂ ਆ ਜੀ ਕਿੰਨੇ ਰਾਉਂਡ ਫਾਇਰ ਹੋਏ ਸਰ ਕੋਈ 4-4 ਰਾਉਂਡ ਫਾਇਰ ਹੋਏ ਸਰ ਉਹ 12 ਕਹਿ ਰਹੇ ਜੀ 15 12-15 ਫਾਇਰ ਹੋਏ ਨਹੀਂ ਜੀ ਅਜੇ ਤੱਕ ਕੋਈ ਆ ਨਹੀਂ ਸਾਡੇ ਕੋਲ ਇਹੋ 3-4 ਫਾਇਰ ਹੋਣਦੀ ਅਜੇ ਤੱਕ ਕੁਝ ਨਹੀਂ ਹੋਈ ਆ ਜੀ ਅਜੇ ਤੱਕ ਸਾਹਮਣੇ ਨਹੀਂ ਗੱਲ ਇਹ ਬੋਲ ਰਹੀ ਗੱਲ ਕਿ ਸਾਹਮਣੇ ਜਾਈ ਸੁਣ ਚਾਹ ਵੀ ਲੱਗੀ ਹੈ ਕਿਸੇ ਲੜਕੇ ਦੇ ਪਰ ਅਜੇ ਤੱਕ ਸਾਨੂੰ ਇਸ ਬਾਰੇ ਦੱਸੀ ਨਹੀਂ ਹੋਈ ਸਰ ਕੋਈ ਪੈਸੇ ਪੂਏ ਦੀ ਵੀ ਮੰਗ ਕਰਦੇ ਸੀ ਜੀ ਉਹ ਗੱਲਬਾਤ ਨਹੀਂ ਪਈ ਕੋਈ ਗੱਲ ਸਾਡੇ ਨੋਰ ਚ ਨਹੀਂ ਆਈ ਜੇ ਆਈ ਤੇ ਦੇਖ ਲਾਂਗੇ ਉਹਨੂੰ ਵੀ ਅਸੀਂ ਦੇਖਾਂਗੇ ਵੀ ਕੌਣ ਪੈਸੇ ਮੰਗਦਾ ਹੈ ਮੇਰੇ ਕੋਲ ਠੀਕ